tirar para de ter a coisa levada assim, que não lhe quede. Carlos de Lucuária. Vi é que camo me tu ada, gera vi coge é que camo tu ada me caranga. Guru Sahib ne kagaz jeb ch pa liya. Phir ek din Maharaj aaye vi Bahadur Shah, assi tere to oh ek kam karauna hai. Unne keha zarur main karanga. Kehne lage yaad kar tu likh ke vi ditta. Haan main likh ke ditta hai. Te kam main tuhanu zarur karanga. Tusi meri badi madad kiti. ਤਾਰਾ ਆਜਮ ਸ਼ਾਹ ਨੂੰ ਤੁਹਾਡੇ ਤੀਰ ਨਾਲ ਮੌਤ ਹੋਈ ਹੈ, ਰਾਜ ਭਾਗ ਤੁਹਾਡੇ ਕਰਕੇ ਮੈਨੂੰ ਮਿਲਿਆ ਹੈ. ਸਾਰੇ ਅਹਿਲਕਾਰ ਕਹਿ ਰਹੇ ਸੀ ਮੇਰੇ ਤੀਰ ਨਾਲ ਮਰਿਆ ਤਾਰਾ ਆਜਮ ਸ਼ਾਹ, ਮੇਰੇ ਨਾਲ ਮਰਿਆ. ਪਰ ਉਹ ਤੀਰ ਮੈਂ ਪਰਖੇ, ਫਿਰ ਗੁਰੂ ਸਾਹਿਬ ਦਾ ਤੀਰ ਮੰਗਾਇਆ. ਗੁਰੂ ਸਾਹਿਬ ਦੇ ਤੀਰ ਨਾਲ ਸੋਨਾ ਹੁੰਦਾ ਸੀ ਅੰਤਮ ਸੰਸਕਾਰ ਕਰਨ ਯੋਗਾ. ਉਹ ਤੀਰ ਗੁਰੂ ਗੋਬਿੰਦ ਸਿੰਘ ਦੇ ਨਿਕਲੇ, ਜਿਹੜੇ ਦੋ ਤਾਰਾ ਆਜਮ ਸ਼ਾਹ ਨੂੰ ਲੱਗੇ ਸੀ. ਬਹਾਦਰ ਸ਼ਾਹ ਬਹੁਤ ਪ੍ਰਸੰਨ ਹੋ ਕੇ ਲਿਖ ਕੇ ਦਿੱਤਾ, ਕਹਿੰਦੇ ਬਹਾਦਰ ਸ਼ਾਹ ਹੁਣ ਸਾਡਾ ਉਹ ਕੰਮ ਕਰਦੀ. ਮਹਾਰਾਜ ਮੈਨੂੰ ਚੇਤੇ ਆ, ਮੈਂ ਤੁਹਾਨੂੰ ਲਿਖ ਕੇ ਦਿੱਤਾ ਹੈ, ਜ਼ਰੂਰੀ ਕਰਾਂਗਾ. ਕਹਿਣ ਲੱਗੇ ਅਸੀਂ ਦਰਬਾਰ ਲਗਾ ਕੇ ਸਾਰੇ ਤੇਰੇ ਬੰਦੇ ਬੈਠੇ ਹੋਣ, ਫਿਰ ਅਸੀਂ ਕੰਮ ਦੱਸਣਾ ਹੈ. ਕਹਿੰਦਾ ਜੀ ਮੈਂ ਸਾਰੇ ਬਿਠਾਵਾਂਗਾ, ਉਸੇ ਸਮੇਂ ਹੀ ਕੰਮ ਕਰਾਂਗਾ. ਗੁਰੂ ਸਾਹਿਬ ਨੇ ਕਿਹਾ ਵੀ ਸਾਡਾ ਕੰਮ ਏ ਵਜੀਦ ਖਾਨ ਨੂੰ ਜਿਵੇਂ ਚੰਦੂ ਨੂੰ ਜਹਾਂਗੀਰ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕੀਤਾ ਸੀ, ਵਜੀਦ ਖਾਨ ਨੂੰ, ਵਜੀਦੇ ਨੂੰ, ਸਰਹੰਦ ਵਾਲੇ ਨੂੰ ਸਾਡੇ ਹਵਾਲੇ ਕਰ, ਨੱਕ ਚ ਨਕੇਲ ਪਾ ਕੇ. ਬਹਾਦਰ ਸ਼ਾਹ ਦੀ ਵੀ ਧੌਣ ਡਿੱਗੀ, ਵਜੀਦਾਂ ਦੀ ਵੀ ਡਿੱਗੀ, ਉੱਥੇ ਹੀ ਸੁਸਰੀ ਬਣ ਗਈ. ਗੁਰੂ ਗੋਬਿੰਦ ਸਿੰਘ ਕਹਿੰਦੇ ਬਹਾਦਰ ਸ਼ਾਹ ਹੌਸਲੇ 'ਚ ਹੋ, ਤੂੰ ਬਾਦਸ਼ਾਹ ਏ, ਜੋ ਚਾਹੇ ਤੂੰ ਕਰ ਸਕਦਾ ਹੈ. ਬਸ ਦੁਨੀਆ ਹੀ ਭੁੱਲ ਗਈ. ਸਾਰੇ ਵਜੀਦਾਂ ਨੇ ਇੱਕ ਦੂਜੇ ਨੂੰ ਸਹਿਣਤਾ ਮਾਰੀਆਂ ਵੀ ਕੰਮ ਬੜਾ ਔਖਾ ਆ ਗਿਆ. ਵਜੀਦਾ ਸਭ ਤੋਂ ਉੱਤੇ ਆ, ਸੂਬਾ ਏ, ਇੱਕ ਸੂਬੇ ਨੂੰ, ਇੱਕ ਸੂਬੇ ਨੂੰ ਫੜ ਕੇ ਨੱਕ ਚ ਨਕੇਲ ਪਾ ਕੇ ਦਈਏ, ਜਿਵੇਂ ਆਪਣਾ ਪੰਜਾਬੀ ਸੂਬਾ ਹੈ, ਹਿਮਾਚਲ ਹਰਿਆਣਾ ਸੂਬੇ ਨੇ, ਇਵੇਂ ਸਰਹੰਦ ਸੂਬਾ, ਲਾਹੌਰ ਸੂਬਾ, ਇਹ ਵਜੀਦੇ ਨੂੰ ਸਾਡੇ ਹਵਾਲੇ ਨੱਕ ਚ ਨਕੇਲ ਪਾ ਕੇ ਕਰ. ਮਹਾਰਾਜ ਮੈਨੂੰ ਸੋਚਣ ਦਾ ਸਮਾਂ ਦੇ ਦਿਓ, ਕੰਮ ਬੜਾ ਔਖਾ ਹੈ. ਤੇਰਾ ਔਖੇ ਤੋਂ ਔਖਾ ਕੰਮ ਅਸੀਂ ਕੀਤਾ ਹੈ, ਪਰ ਸਾਨੂੰ ਪਤਾ ਹੈ ਬਾਦਸ਼ਾਹ ਤੂੰ ਕਰ ਨਹੀਂ ਸਕੇਗਾ. ਕਹਿੰਦਾ ਮਹਾਰਾਜ ਮੈਨੂੰ ਸੋਚਣ ਦਾ ਸਮਾਂ ਦਿਓ. ਵਜ਼ੀਰਾਂ ਨਾਲ ਸਲਾਹ ਕੀਤੀ, ਉਹਨਾਂ ਕਿਹਾ ਬਾਦਸ਼ਾਹ ਤੇਰੇ ਨਵੀਂ ਨਵੀਂ ਇਹ ਰਾਜ ਭਾਗ ਕਾਇਮ ਹੋਇਆ, ਬਗਾਵਤ ਹੋ ਜਾਏਗੀ ਜੇ ਇੱਕ ਸੂਬੇ ਨੂੰ ਫੜਾ ਕੇ ਹਵਾਲੇ ਕਰਤਾ. ਫਿਰ ਗਿਆ ਬਹਾਦਰ ਸ਼ਾਹ. ਗੁਰੂ ਸਾਹਿਬ ਕਹਿਣ ਲੱਗੇ ਤੂੰ ਬਹਾਦਰ ਸ਼ਾਹ ਆਪਦੇ ਬਚਨਾਂ ਤੋਂ ਝੂਠਾ ਪੈ ਗਿਆ, ਅਸੀਂ ਤੇਰੇ ਨਾਲ ਕੀ. ਮਹਾਰਾਜ ਮੈਂ ਕਰਾਂਗਾ ਜ਼ਰੂਰ, ਮੈਨੂੰ ਥੋੜ੍ਹਾ ਜਿਹਾ ਢੰਗ ਵਿੱਚ ਗੱਲ ਲੈ ਆਉਣ ਦਿਓ, ਤੁਹਾਡਾ ਇਹ ਬਚਨ ਮੇਰੇ ਦਿਮਾਗ 'ਚ ਕਿਸੇ ਢੰਗ ਨਾਲ ਕਰਾਂਗੇ, ਮੇਰੀ ਬਗਾਵਤ ਨਾ ਹੋ ਜਾਏ, ਵਿਰੋਧਤਾ ਨਾ ਹੋ ਜਾਏ, ਸੂਬੇ ਅਲੱਗ ਇਕੱਠੇ ਨਾ ਹੋ ਜਾਣ. ਪਰ ਬਹਾਦਰ ਸ਼ਾਹ, ਫਿਰ ਗੁਰੂ ਸਾਹਿਬ ਦੀ ਖੁਸ਼ੀ, ਗੁਰੂ ਸਾਹਿਬ ਕਹਿਣ ਲੱਗੇ ਤੂੰ ਇੱਕ ਬਾਦਸ਼ਾਹ ਨਹੀਂ ਕਰ ਸਕਿਆ, ਵਜੀਦੇ ਦੇ ਨੱਕ 'ਚ ਨਕੇਲ ਪਾਉਣ ਲਈ ਅਸੀਂ ਬੰਦੇ ਤੋਂ ਪਵਾ ਸਕਦੇ, ਇੱਕ ਬੰਦੇ ਤੋਂ ਤੂੰ ਬਾਦਸ਼ਾਹ ਨਹੀਂ ਪਾ ਕੇ ਵਜੀਦੇ ਦੀ ਨਕੇਲ ਸਾਨੂੰ ਫੜਾ ਸਕਿਆ, ਇੱਕ ਬੰਦੇ ਤੋਂ ਵਜੀਦੇ ਦੇ ਨੱਕ 'ਚ ਨਕੇਲ ਪਾ ਸਕਦੇ ਹਾਂ ਅਤੇ ਉਹਦੀ ਸਰਹੰਦ ਦੀ ਇੱਟ ਇੱਟ ਖੜਕਾ ਸਕਦੇ ਹਾਂ ਅਸੀਂ ਇੱਕ ਬੰਦੇ ਤੋਂ, ਤੂੰ ਬਾਦਸ਼ਾਹ ਏ, ਅਸੀਂ ਇੱਕ ਬੰਦੇ ਤੋਂ ਇਹ ਕਰਵਾ ਸਕਦੇ ਹਾਂ. ਫਿਰ ਕਰਾਇਆ, ਸਾਧ ਸੀ ਵਿਰਾਗੀ ਸਾਧ,
ਬੰਦੇ ਨੂੰ ਭੇਜਿਆ, ਫਿਰ ਬੰਦੇ ਬਹਾਦਰ ਨੇ ਫਿਰ ਇਹਨੂੰ ਕੱਢਿਆ ਸੀ ਲੁੱਕੇ ਹੋਏ ਨੂੰ, ਫਿਰ ਇਹਦੇ ਜੋ ਹਾਲ ਕੀਤੇ ਇਹਦੇ ਤੇ, ਫਿਰ ਜਿਨ੍ਹਾਂ ਨੇ ਗੁਰ ਨੀਆਂ 'ਚ ਚਿਣਿਆ ਸੀ ਜਲਾਦਾਂ ਨੇ ਉਹਨਾਂ ਦਾ ਪਿੰਡ ਹੀ ਫੂਕਿਆ ਸਾਰਾ। ਬੰਦੇ ਬਹਾਦਰ ਅਤੇ ਫਿਰ ਗੁਰਸਿੱਖਾਂ ਨੇ ਰਲ ਕੇ ਫਿਰ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਵੈਰ ਕਮਾਏ ਸੀ ਨਾ, ਫਿਰ ਸਿੱਖਾਂ ਨੇ ਫਿਰ ਦਿਖਾਏ ਚੋਰ। ਗੁਰੂ ਗੋਬਿੰਦ ਸਿੰਘ ਦੀ ਸ਼ਕਤੀ ਇਹ ਆਖੋ ਸੀ ਪਿਆਰਿਓ, ਗੁਰੂ ਗੋਬਿੰਦ ਸਿੰਘ ਦੀ ਸ਼ਕਤੀ ਇਹ ਸਿੱਖ ਨੂੰ ਮਿਲਦੀ ਏ। ਉਹਨਾਂ ਨੇ ਬੰਦੇ ਨੂੰ ਦੇਖ ਕੇ ਆਖਿਆ ਸੀ ਅਸੀਂ ਬੰਦੇ ਤੋਂ ਇਹ ਕੰਮ ਕਰਾ ਸਕਦੇ, ਬੰਦੇ ਤੋਂ ਨਾ ਕਰੇ ਬਾਦਸ਼ਾਹ। ਇੱਕ ਬਾਦਸ਼ਾਹ ਨਹੀਂ ਕਰ ਸਕਦਾ, ਇੱਕ ਬੰਦਾ ਕਰ ਸਕਦਾ। ਬੜੀ ਸ਼ਕਤੀ ਵਾਲੇ ਜੀ ਗੁਰੂ ਗੋਬਿੰਦ ਸਿੰਘ ਜੀ, ਬੜੀ ਸ਼ਕਤੀ ਵਾਲੇ। ਉਹਨਾਂ ਦੇ ਸਿੱਖਾਂ ਤੇ ਉਹਨਾਂ ਦੇ ਸੰਤਾਂ ਦਾ ਕਿਆ ਕਹਿਣਾ, ਤੇ ਗੁਰੂ ਗੋਬਿੰਦ ਸਿੰਘ ਕੀ ਹੋ ਸਕਦੀ ਹੈ। ਸੰਤ ਗੁਰਮੇਲ ਸੁਣੀ ਸੁਣਾ ਰਹੇ ਸੀ ਨਾ ਬਾਬਾ ਦੀਪ ਸਿੰਘ ਦਾ ਕੌਤਕ ਕਿ ਉਹਨਾਂ ਦੇ ਸਥਾਨ ਤੇ ਅਰਦਾਸ ਕੀਤੀ ਆ, ਕੌਤਕ ਵਰਤਿਆ। ਇੱਕ ਗੁਰੂ ਗੋਬਿੰਦ ਸਿੰਘ ਦੇ ਬਾਬਾ ਦੀਪ ਸਿੰਘ ਦਾ ਕਿਆ ਕਹਿਣਾ ਤੇ ਗੁਰੂ ਗੋਬਿੰਦ ਸਿੰਘ ਫਿਰ ਕੀ ਹੋਏ, ਧੰਨ ਗੁਰੂ ਗੋਬਿੰਦ ਸਿੰਘ ਜੀ ਕੀ ਹੋਏ। ਉਹ ਸਾਨੂੰ ਵੇਖਦੇ ਆ, ਉਹਨਾਂ ਨੂੰ ਕੀ ਹੋਣਾ ਸੀ, ਕੋਈ ਨਹੀਂ। ਉਹਨਾਂ ਦੀ ਤਾਂ ਖੇਡ ਸੀ, ਉਹਨਾਂ ਤਾਂ ਖੇਡ ਖੇਡੀ। ਆਨੰਦਪੁਰੋਂ ਨਿਕਲਣਾ, ਦੁਸ਼ਟਾਂ ਹਵਾਲੇ ਹੋਣਾ ਸ਼ਹਿਰ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਸਿੰਘਾਂ ਦੀਆਂ ਮਾਤਾ ਦੇ ਵਿਛੋੜੇ, ਇਹ ਗੁਰੂ ਗੋਬਿੰਦ ਸਿੰਘ ਦੀ ਖੇਡ ਏ, ਖੇਡ ਇਹ ਖੇਡ ਏ ਦਾਤੇ ਦੀ, ਇਹ ਤਾਂ ਉਹਨਾਂ ਦੀ ਲੀਲਾ ਏ। ਅੱਜ ਵੀ ਨੇ ਸਾਹਿਬਜ਼ਾਦਿਆਂ ਨੂੰ ਮਾਰਨ ਵਾਲਾ ਕੌਣ ਏ, ਉਹ ਤਾਂ ਅੱਜ ਵੀ ਹੈਗੇ ਆ। ਆਨੰਦਪੁਰ ਨੂੰ ਉਜਾੜਨ ਵਾਲਾ ਕੌਣ ਏ, ਉਹ ਵੱਸਦਾ ਪਿਆ ਏ, ਵੱਸਦਾ ਪਿਆ। ਮਰੇ ਤਾਂ ਉਹ ਜਿਹੜੇ ਪਾਪੀ ਸੀ, ਉਜੜੀ ਤਾਂ ਸਰਹੰਦ, ਫਤਿਹਗੜ੍ਹ ਤਾਂ ਵੱਸਦਾ ਹੈ। ਉਜੜੀ ਤਾਂ ਸਰਹੰਦ, ਪਾਪੀ ਮਰਦੇ ਆ, ਪਾਪੀ ਉਜੜਦੇ ਆ। ਸਿੱਖ ਗੁਰੂ ਦੇ ਧਰਮੀ ਮਹਾਂਪੁਰਸ਼ੇ ਨਹੀਂ ਮਰਦੇ, ਨਹੀਂ ਉਜੜਦੇ, ਦੁੱਖਾਂ ਸੁੱਖਾਂ ਸਰੀਰਾਂ ਨਾਲ ਨਾ ਜੁੜੋ, ਧੀਆਂ ਪੁੱਤਰਾਂ ਨਾਲ, ਗੁਰੂ ਨਾਲ ਜੁੜੋ। ਮਾੜੇ ਜੇ ਕਸ਼ਟ ਤੇ ਗੁਰੂ ਨੂੰ ਕਹਿ ਦਿੰਦੇ ਵੀ ਗੁਰੂ 'ਚ ਕੋਈ ਸ਼ਕਤੀ ਨਹੀਂ ਹੈਗੀ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਜੀ ਵਿੱਚ ਕਲ ਯੁਗ ਦੇ ਸਾਰੇ ਪੜੇ। ਮੈਂ ਸਾਰ ਨਾ ਜਾਣਾ ਤੇਰੇ ਜੀ ਵਿੱਚ ਕਲ ਯੁਗ ਦੇ, ਰਾਖੀ ਮੇਰੀ ਜੀ ਵਿੱਚ ਕਲ ਯੁਗ ਦੇ, ਜੀ ਵਿੱਚ ਕਲ ਯੁਗ ਦੇ, ਤੇਰੀ ਕਲ ਯੁਗ ਦੇ, ਜਿਨ ਕਲ ਰਾਖੀ ਮੇਰੀ ਕਲ ਯੁਗ ਦੇ, ਮੈਂ ਸਾਰ ਨਾ ਜਾਣਾ ਤੇਰੀ ਵਿੱਚ ਕਲ ਯੁਗ ਦੇ, ਕਲ ਰਾਖੀ ਮੇਰੀ ਵੀ ਵਿੱਚ ਕਲ ਯੁਗ ਦੇ, ਤੇਰੀ ਵੀ ਵਿੱਚ ਕਲ ਯੁਗ ਦੇ, ਕਲ ਰਾਖੀ ਮੇਰੀ ਵੀ ਵਿੱਚ ਕਲ ਯੁਗ ਦੇ, ਸਾਰ ਨਾ ਜਾਣਾ ਤੇਰੀ ਕਲ ਯੁਗ ਦੇ, ਕਲ ਰਾਖੀ ਮੇਰੀ ਵਿੱਚ ਕਲ ਯੁਗ ਦੇ, ਸਾਰਾ ਜਾਣਾ ਤੇਰੀ ਵਿੱਚ ਕਲ ਯੁਗ ਦੇ, ਜਾਣ ਤੇ ਹਰ ਕੀ
ਕਰਮ ਨ ਜਾਣਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਕਲ ਰਾਖੀ ਮੇਰੀ ਸਾਲ ਨ ਜਾਣਾ ਤੇਰੀ ਜੀ ਵਿੱਚ ਕਲ ਯੁਗ ਗੇ ਰਾਖੀ ਮੇਰੀ ਵਿੱਚ ਕਲ ਯੁਗ ਦੇ ਤੇ ਪਾਲੀ ਮਾਘ ਦੇ ਮਹੀਨੇ ਦੇ ਸਮਾਗਮ ਚੱਲ ਰਹੇ ਨੇ ਹੁਣ ਸਮਾਪਤੀ ਹੈ ਉੱਥੇ ਅੱਜ ਤੇ ਕੱਲ੍ਹ ਦਾ ਹੀ ਪ੍ਰੋਗਰਾਮ ਹੈ ਕੀਰਤਨ ਦਾ ਪ੍ਰੋਗਰਾਮ ਦੋ ਦਿਨ ਦਾ ਹੈ ਬਾਕੀ ਮਹੀਨਾ ਪੂਰੇ ਮਾਘ ਦਾ 40 ਦਿਨ ਸਮਾਗਮ ਪਾਠ ਚੱਲਿਆ ਉੱਥੇ ਵੀ ਹਾਜ਼ਰੀ ਭਰਨੀ ਹੈ ਆਗਿਆ ਲਵਾਂਗੇ ਹੁਣ ਭਾਈ ਜਸਪਾਲ ਸਿੰਘ ਜੀ ਉਹ ਹਾਜ਼ਰੀਆਂ ਭਰਨਗੇ ਫਿਰ ਉਸ ਤੋਂ ਜਾਈ